ਮੋਦੀ ਸਰਕਾਰ ਵੱਲੋਂ ਪੇਸ਼ ਆਪਣੇ ਆਖਰੀ ਬਜਟ 'ਚ ਆਮ ਜਨਤਾ ਨੂੰ ਦਿੱਤੀਆਂ ਸਹੂਲਤਾਂ ਨੂੰ ਕਾਂਗਰਸ ਨੇ ਚੋਣ ਸਟੰਟ ਦੱਸਿਆ ਹੈ। ਇੱਕ ਸਮਾਗਮ 'ਚ ਪਹੁੰਚੇ ਕਾਂਗਰਸੀ ਨੇਤਾ ਡਾਕਟਰ ਰਾਜ ਕੁਮਾਰ ਵੇਰਕਾ ਨੇ ਕਿਹਾ ਕਿ ਇਹ ਜੁਮਲਿਆਂ ਦੀ ਸਰਕਾਰ ਹੈ, ਅਗਰ ਸਰਕਾਰ ਡੀਜ਼ਲ ਅਤੇ ਪੈਟਰੋਲ ਨੂੰ GST ਦੇ ਦਾਇਰੇ ਵਿੱਚ ਲਿਆਵੇ ਤਾਂ ਕੋਈ ਫਾਇਦਾ ਹੋਵੇ। ਬਈ ਦੇਖੋ, ਗੱਲ ਇਹ ਹੈ ਕਿ ਜਿੱਥੋਂ ਤੱਕ ਸਵਾਲ ਇਸ ਗੱਲ ਦਾ ਕਿ ਜਿਸ ਤਰ੍ਹਾਂ ਕਿਸਾਨਾਂ ਨਾਲ ਮਜ਼ਾਕ ਕੀਤਾ ਗਿਆ ਕਿ ਉਹਨਾਂ ਨੂੰ 500 ਰੁਪਇਆ ਮਹੀਨਾ, ਉਹ ਵੀ ਉਹਨਾਂ ਨੂੰ ਜਿਹੜੇ 200 ਜਿਨ੍ਹਾਂ ਦੀ 2 ਏਕੜ ਜ਼ਮੀਨ ਹੈ ਜਾਂ 5 ਏਕੜ ਤੋਂ ਘੱਟ ਹੈ ਉਹਨਾਂ ਨੂੰ ਉਹ ਦਿੱਤਾ, ਚੰਗਾ ਹੁੰਦਾ ਜੇ GST ਦੇ ਦਾਇਰੇ ਤੋਂ ਡੀਜ਼ਲ ਔਰ ਪੈਟਰੋਲ ਨੂੰ ਬਾਹਰ ਕੱਢ ਦਿੰਦੇ ਤਾਂ ਫਿਰ ਉਹ ਫਾਇਦਾ ਹੁੰਦਾ ਉਸ ਗੱਲ ਦਾ। ਇਹ ਕਿਸਾਨ ਨੂੰ, ਮਜ਼ਦੂਰ ਨੂੰ, ਇੰਡਸਟਰੀ ਨੂੰ, ਸਭ ਨੂੰ ਫਾਇਦਾ ਹੁੰਦਾ। ਸਾਡੀ ਇਹ ਮੰਗ ਸੀ ਕਿ ਪੈਟਰੋਲ ਔਰ ਡੀਜ਼ਲ ਨੂੰ GST ਦੇ ਦਾਇਰੇ ਤੋਂ ਇਹ ਵਿੱਚ ਲਿਆ ਕੇ ਔਰ ਉਹਨੂੰ ਸ਼ਾਮਿਲ ਕੀਤਾ ਜਾਏ, ਔਰ ਉਹਨੂੰ ਸ਼ਾਮਿਲ ਨਹੀਂ ਕੀਤਾ। ਮੈਂ ਸਮਝਣਾ ਕਿ ਸਿਰਫ ਜੁਮਲਿਆਂ ਦੀ ਸਰਕਾਰ ਹੈ, ਇਹਨਾਂ ਨੇ ਜੁਮਲੇ ਤੋਂ ਇਲਾਵਾ ਕੋਈ ਕੰਮ ਨਹੀਂ ਕੀਤਾ। ਨਾ ਇੰਡਸਟਰੀ ਖੁਸ਼ ਹੈ, ਨਾ ਕਿਸਾਨ ਖੁਸ਼ ਹੈ, ਨਾ ਦੁਕਾਨਦਾਰ ਖੁਸ਼ ਹੈ, ਨਾ ਮਜ਼ਦੂਰ ਖੁਸ਼ ਹੈ। ਇਹ ਜੁਮਲਿਆਂ ਦੀ ਸਰਕਾਰ ਹੈ, ਇਹ 4 ਮਹੀਨੇ ਦੀ ਸਰਕਾਰ ਹੈ, ਇਹ 4 ਮਹੀਨੇ ਬਾਅਦ ਇਸ ਸਰਕਾਰ ਦਾ ਭੋਗ ਪੈਣਾ। ਤੁਹਾਨੂੰ ਦੱਸ ਦਈਏ, ਡਾਕਟਰ ਰਾਜ ਕੁਮਾਰ ਵੇਰਕਾ ਪੁਲਿਸ ਸਟੇਸ਼ਨ ਦੇ ਕਮਰਿਆਂ ਦਾ ਨੀਂਹ ਪੱਥਰ ਰੱਖਣ ਲਈ ਇੱਕ ਸਮਾਗਮ ਵਿੱਚ ਪਹੁੰਚੇ ਸਨ। ਅੰਮ੍ਰਿਤਸਰ ਤੋਂ ਕੈਮਰਾਮੈਨ ਰਾਜੀਵ ਸ਼ਰਮਾ ਦੇ ਨਾਲ ਹਨੀ ਮਹਿਰਾ, GV ਪੰਜਾਬ TV।